ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਸਰਬਜੀਤ, ਪੇਂਡੂ ਲਹਿਤੀਮਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਲਓ ਜੀ, ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਸੂਤ ਦੀ। ਸੂਤ ਦੀ ਮਤਲਬ ਕਿ ਜੋ ਆਪਾਂ ਮੰਜੇ ਦੇ ਵਿੱਚ ਮੰਜਾ ਭਰਦੇ ਹਾਂ ਸੂਤ ਦਾ, ਉਹ ਸੂਤ ਦਾ ਆਪਾਂ ਕੋਈ ਵਧੀਆ ਜੀ ਆਈਟਮ ਬਣਾਵਾਂਗੇ, ਅਤੇ ਉਹ ਆਈਟਮ ਕੀ ਆ ਉਹ ਤੁਹਾਨੂੰ ਦੱਸਦੇ ਹਾਂ। ਅਤੇ ਚਲੋ ਜੀ, ਸਟਾਰਟ ਕਰਦੇ ਆਪਾਂ ਵੀਡੀਓ। ਇਹ ਹੋ ਗਿਆ ਜੀ ਸੂਤ ਦਾ ਗੋਲਾ, ਮੂੰਗੀਆ ਸ਼ੇਡ ਸ਼ੇਡ ਹੈ ਗੋਲੇ ਦਾ, ਠੀਕ ਹੈ ਜੀ, ਮੂੰਗੀਆ ਕਲਰ ਹੈ। ਇਹ ਹੋ ਗਈ ਆਪਣੀ ਇੱਕ ਬੋਟਲ, ਇੱਕ ਬੋਟਲ ਆਪਣੀ ਇਹ ਹੋ ਗਈ, ਠੀਕ ਹੈ ਜੀ। ਅਤੇ ਆਪਾਂ ਥੋੜ੍ਹਾ ਜਿਹਾ ਲੈਣਾ ਗੱਤਾ, ਜੇ ਤੁਹਾਡੇ ਲਈ ਗੱਤਾ ਨਹੀਂ ਹੈਗਾ ਤੁਸੀਂ ਕਾਪੀ ਦਾ ਗੱਤਾ ਵੀ ਲੈ ਸਕਦੇ ਹੋ। ਅਤੇ ਇਹ ਹੋ ਗਿਆ ਜੀ ਆਪਣਾ ਚਾਕੂ, ਜਿਹਦੇ ਨਾਲ ਆਪਾਂ ਕੱਟਾਂਗੇ ਬੋਤਲ। ਸਭ ਤੋਂ ਪਹਿਲਾਂ ਤਾਂ ਆਪਾਂ ਜੀ ਕੀ ਕਰਨਾ, ਬੋਤਲ ਨੂੰ ਇੰਨਾ 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 ਬੋਤਲ ਨੂੰ ਕੱਟਣਾ ਹੈ। ਇਹ ਤਾਂ ਜਾਂ ਤਾਂ ਨਿਸ਼ਾਨੀ ਲਗਾ ਕੇ ਕੱਟ ਲਓ, ਨਹੀਂ ਇੱਦਾਂ ਹੀ ਕੱਟ ਲਓ। ਲਓ ਜੀ, ਪਹਿਲਾਂ ਆਪਾਂ ਬੋਤਲ ਕੱਟਦੇ ਹਾਂ। ਆਪਾਂ ਨੇ ਬੋਤਲ ਦਾ ਉੱਪਰ ਵਾਲਾ ਹਿੱਸਾ ਕੱਟ ਲਿਆ ਜੀ, ਹੁਣ ਇਹ 'ਤੇ ਆਪਾਂ ਚਿਪਕੇਣਾ ਜੀ ਗੱਤਾ। ਗੱਤਾ ਆਪਾਂ ਮਤਲਬ ਕਿ ਕਾਪੀ ਦਾ ਗੱਤਾ ਹੈਗਾ ਆਪਣੇ ਲਵੇ, ਉਹ ਚਿਪਕੇ ਲਾਣੇ ਆ। ਆਪਾਂ ਨੇ ਜੀ ਇਹ 'ਤੇ ਗੱਤਾ ਜੜ ਲਿਆ, ਹੁਣ ਆਪਾਂ ਨੇ ਕੀ ਕਰਨਾ, ਜੋ ਆਪਣਾ ਇਹ ਬੋਤਲ ਦਾ ਕੱਟਿਆ ਸੀ ਇਹਦੇ ਆਲੇ ਦੁਆਲੇ ਸਾਰਾ, ਜੋ ਆਪਣਾ ਇਹ ਸੂਤ ਆ ਨਾ, ਇਹ ਸਾਰਾ ਇਹਦੇ ਆਲੇ ਦੁਆਲੇ ਇੱਦਾਂ ਲਪੇਟ ਦੇਣਾ, ਮਤਲਬ ਕਿ ਲੈਣ ਵਾਈ ਲੈਣ। ਪਹਿਲਾਂ ਇਹ 'ਤੇ ਗਮ ਲੱਗੂਗੀ, ਫਿਰ ਇਹਦੇ ਆਲੇ ਦੁਆਲੇ ਇਹ ਸੂਤ ਇੱਦਾਂ ਕਰਕੇ ਸਾਰਾ ਆਲੇ ਦੁਆਲੇ ਲਪੇਟਣਾ। ਲਓ ਜੀ, ਆਪਾਂ ਨੇ ਸਾਰਾ ਜੋ ਸੂਤ ਤੀ ਇਹਦੇ ਆਲੇ ਦੁਆਲੇ ਲਪੇਟ ਲਿਆ, ਮਤਲਬ ਕਿ ਬੋਤਲ ਦੇ। ਅਤੇ ਹੁਣ ਆਪਾਂ ਨੇ ਕੀ ਕਰਨਾ ਜੀ, ਇੱਕ ਬੋਤਲ ਹੋਰ ਲੈਣੀ ਆ, ਅਤੇ ਉਹ ਬੋਤਲ ਨੂੰ ਆਪਾਂ ਇੱਥੋਂ ਕੱਟ ਲੈਣਾ ਹੈ ਜੀ, ਆਹ ਵਾਲੀ ਚੀਜ਼ ਕੱਟ ਲੈਂਦੇ ਇਹਨੂੰ, ਠੀਕ ਹੈ ਜੀ। ਕੱਟ ਕੇ ਜੀ ਫਿਰ ਇਹ ਪਾਸਾ ਕੱਟ ਕੇ ਫਿਰ ਆਪਾਂ ਇਹਨੂੰ ਇੱਥੋਂ ਕੱਟ ਲੈਣਾ, ਜਿਹੜੀ ਆਹ ਬੋਤਲ ਦਾ ਇੰਨਾ ਮੋਰਲਾ ਹਿੱਸਾ ਇਹ ਲਾ ਦੇਣਾ, ਇੰਨਾ ਕੱਟ ਦੇਣਾ। ਅਤੇ ਚਲੋ ਜੀ, ਪਹਿਲਾਂ ਤਾਂ ਇਹ ਕੱਟ ਦਿਆ ਪਾਸਾ, ਫਿਰ ਇਹ ਕੱਟ ਦਿਆ, ਆਹ ਹਿੱਸਾ ਵੀ ਕੱਟ ਲਿਆ ਜੀ, ਅਤੇ ਇਹ ਹਿੱਸਾ ਵੀ ਕੱਟ ਲਿਆ, ਦੇਖੋ ਇੱਦਾਂ ਬਣ ਗਿਆ। ਹੁਣ ਆਪਾਂ ਨੇ ਕੀ ਕਰਨਾ ਜੀ, ਜਿਹੜਾ ਆਪਣਾ ਇਹ ਵਾਲਾ ਹਿੱਸਾ ਇਹਦੇ ਉੱਤੇ ਆਪਾਂ ਲਗਾ ਲਵਾਂਗੇ ਪੋਲੀਫਿਕਸ। ਪੋਲੀਫਿਕਸ ਲਗਾ ਕੇ ਜੋ ਆਹ ਵਾਲੀ ਚੀਜ਼ ਹੈ ਜੀ, ਇਹ 'ਤੇ ਆਪਾਂ ਬਿਲਕੁਲ ਜੋੜ ਦੇਵਾਂਗੇ, ਅਤੇ ਇੱਦਾਂ ਕਰਕੇ ਨਾ ਟੇਡਾ ਟੇਡਾ ਹਜੇ ਵੀ ਰੇਟ ਇੱਧਰ। ਲਓ ਜੀ, ਇੱਦਾਂ ਕਰਕੇ ਇਹਦੇ ਉੱਤੇ ਆਪਾਂ ਚਿਪਕਾ ਦਿੱਤਾ ਇਹ, ਅਤੇ ਥੋੜ੍ਹਾ ਚਿਰ ਇਹਨੂੰ ਸੁੱਕਣ ਤੋਂ ਬਾਅਦ 'ਚ ਫਿਰ ਜੋ ਆਪਣਾ ਇਹ ਜੀ ਆਹ ਵਾਲੀ ਆ ਸੂਤ ਹੈ ਜੀ, ਇਹ ਸੂਤ ਆਪਾਂ ਇਹਦੇ ਜਾਂ ਤਾਂ ਤੁਸੀਂ ਡੱਬੀਆਂ ਬਣਾ ਡੱਬੀਆਂ ਬਣਾਉਣਾ ਚਾਹੁੰਦੇ ਹੋ ਤਾਂ ਡੱਬੀਆਂ ਵੀ ਬਣਾ ਸਕਦੇ ਹੋ, ਜੇ ਤੁਸੀਂ ਮਤਲਬ ਕਿ ਇੱਦਾਂ ਟੇਢੇ ਕਰਕੇ ਡੱਬੀਆਂ ਬਣਾਉਣੇ ਟੇਢੀਆਂ ਵੀ, ਜੇ ਲਾਈਨਾਂ ਬਣਾਉਣਾ ਚਾਹੁੰਦੇ ਹੋ ਤਾਂ ਲਾਈਨਾਂ ਵੀ ਬਣ ਜਾਣਗੀਆਂ, ਚਿਪਕੇਣਾ ਪਊਗਾ ਪਰ ਇਹ ਸੂਤ। ਤੇ ਲੋ ਜੀ, ਇਹਦੇ ਪਹਿਲਾਂ ਆਪਾਂ ਹੁਣ ਸੂਤ ਚਿਪਕੇਨੇ ਆ, ਤੁਹਾਨੂੰ ਦਿਖਾਉਂਦੇ ਆ ਇਹ ਕੀ ਚੀਜ਼ ਬਣੀ ਹੈ। ਆਪਣਾ ਕਿੰਨਾ ਵਧੀਆ ਪੌਟ ਤਿਆਰ ਹੋ ਗਿਆ, ਆਲੇ ਦੁਆਲੇ ਦੇ ਆਪਾਂ ਨੇ ਮੋਤੂ ਵਾਲੀ ਲੈਸ ਲਗਾ ਦਿੱਤੀ ਆ, ਤੇ ਮੂੰਗੇ ਸ਼ੇਡ ਦਾ ਆਪਾਂ ਨੇ ਉਹ ਕਰ ਦਿੱਤਾ। ਤੇ ਇਹਦੇ ਵਿੱਚ ਹੁਣ ਤੁਹਾਨੂੰ ਅਸੀਂ ਆਪਾਂ ਫੁੱਲ ਰੱਖ ਕੇ ਦਿਖਾਉਂਦੇ ਆ, ਤੇ ਆਪਣਾ ਬਹੁਤ ਸੋਹਣਾ ਗੁਲਦਸਤਾ ਬਣ ਕੇ ਰੈਡੀ ਹੋ ਗਿਆ। ਦੇਖੋ ਜੀ, ਆਪਾਂ ਨੇ ਫਲਾਵਰ ਰੱਖ ਦਿੱਤੇ ਨੇ, ਕਿੰਨਾ ਸੋਹਣਾ ਲੱਗਦਾ ਆਪਣਾ ਪੌਟ ਬਣ ਕੇ ਰੈਡੀ ਹੋ ਗਿਆ। ਤੇ ਇਹ ਫਲਾਵਰ ਵੀ ਆਪਣੇ ਉਹ ਤੋਂ ਬਣੇ ਹੋਏ ਨੇ, ਲਿਫਾਫਿਆਂ ਤੋਂ, ਜਿਹੜੇ ਆਪਣੇ ਸੱਜੇ ਸੁੱਜੇ ਲਿਫਾਫੇ ਨੇ ਉਹਨਾਂ ਤੋਂ ਬਣੇ ਹੋਏ ਨੇ। ਤੇ ਲੋ ਜੀ, ਆਪਣਾ ਗੁਲਦਸਤਾ ਹੋ ਗਿਆ ਪੂਰਾ ਰੈਡੀ। ਤੇ ਲੋ ਜੀ, ਇਹ ਸੀ ਆਪਣੀ ਅੱਜ ਦੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤੇ ਲਾਈਕ ਜ਼ਰੂਰ ਕਰਿਆ ਕਰੋ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ। ਤੇ ਚਲੋ ਜੀ, ਮਿਲਾਂਗੇ ਕੱਲ੍ਹ ਹੋਰ ਵੀਡੀਓ ਨਾਲ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।